For good health, please subscribe A1 Healthcare. For better music, subscribe A1 Music. For best informational programs, please subscribe A1 Punjabi TV. And for all updated news, please subscribe A1 News. ਬੀਤੇ ਕੁਝ ਦਿਨ ਪਹਿਲਾਂ ਇੱਕ ਔਰਤ ਦੀ ਭੇਦਭਰੀ ਹਾਲਤ ਵਿੱਚ ਮੌਤ ਹੋ ਗਈ ਸੀ ਜਿਸ ਸੰਬੰਧੀ ਉਸਦੇ ਪਰਿਵਾਰ ਵਾਲੇ DSP ਸੁਰੇਸ਼ ਕੌਸ਼ਿਕ ਨੂੰ ਮਿਲਣ ਲਈ ਪਹੁੰਚੇ। ਮ੍ਰਿਤਕਾ ਦੀ ਸੱਸ ਤੇ ਦੋਸ਼ ਲਗਾਉਂਦੇ ਹੋਏ ਉਸ ਨੂੰ ਗ੍ਰਿਫਤਾਰ ਕਰਨ ਦੀ ਗੁਹਾਰ ਲਗਾਈ ਹੈ ਕਿਉਂਕਿ ਇਸ ਕੇਸ ਵਿੱਚ ਪੁਲਿਸ ਨੇ ਮ੍ਰਿਤਕਾ ਦੇ ਪਤੀ ਅਤੇ ਸਹੁਰੇ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਹੋਇਆ ਹੈ। ਇੱਥੇ ਤੁਹਾਨੂੰ ਦੱਸ ਦਈਏ ਕਿ ਅੰਬਾਲਾ ਦੀ ਰਹਿਣ ਵਾਲੀ ਪੂਜਾ ਦਾ ਕਰੀਬ 1.5 ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਉਸਨੇ ਕੁਝ ਸਮਾਂ ਪਹਿਲਾਂ 2 ਬੱਚੀਆਂ ਨੂੰ ਜਨਮ ਦਿੱਤਾ ਸੀ ਜਿਸ ਕਾਰਨ ਉਸਦਾ ਸਹੁਰਾ ਪਰਿਵਾਰ ਉਸ ਤੋਂ ਨਾਰਾਜ਼ ਰਹਿੰਦਾ ਸੀ ਅਤੇ ਉਸ ਨੂੰ ਤੰਗ ਪਰੇਸ਼ਾਨ ਕਰਦਾ ਸੀ ਜਿਸ ਤੋਂ ਤੰਗ ਹੋ ਕੇ ਪੂਜਾ ਨੇ ਖੁਦ ਨੂੰ ਫਾਂਸੀ ਲਗਾ ਕੇ ਆਤਮ ਹੱਤਿਆ ਕਰ ਲਈ। ਅੰਬਾਲਾ ਤੋਂ ਰੋਜੀ ਵਹਿਲ ਦੀ ਰਿਪੋਰਟ। ਨਾਮ ਸੰਜੀਵ ਕੁਮਾਰ ਹੈ ਜੀ। ਮੈਂ DSP ਸਾਹਿਬ ਸੇ ਮਿਲਨੇ ਕੇ ਲਈ ਇਸ ਲਈ ਆਇਆ। ਜੋ ਆਰੋਪੀ ਥੇ ਵੋ ਅਭੀ ਖੁੱਲਾ ਘੁੰਮ ਰਹੇ ਹੈ। ਉਨਕੇ ਉੱਪਰ ਕੋਈ ਕਾਰਵਾਈ ਨਹੀਂ ਹੋ ਰਹੀ। ਮੇਰੀ ਬਹਿਣ ਕਾ ਕਤਲ ਕੀਆ ਗਿਆ। ਜਬ ਜੈਸੇ ਇਹਨਾਂ ਨੇ ਫੋਨ ਕੀਆ ਜਾ ਕੇ ਦੇਖਿਆ ਬਿਸਤਰ ਪੇ ਲਿਟੀ ਥੀ, ਉਠਾਈ ਤੋ ਗਲੇ ਮੇ ਨਿਸ਼ਾਨ ਦੇਖਿਆ। ਯੇ ਕਹਿ ਰਹੇ ਹੋ ਕਿਆ ਨਾਮ ਥਾ ਆਪਕੀ ਬਹਿਣ ਕਾ? ਮੇਰੀ ਬਹਿਣ ਕਾ ਨਾਮ ਪੂਜਾ ਥਾ। ਕਹਾਂ ਸ਼ਾਦੀ ਹੋਈ ਥੀ, ਕਿਤਨੇ ਬੱਚੇ ਹੈ ਕਿਆ? ਮੰਗਲਾਈ ਕੀ ਲੜਕੀ ਥੀ, ਨਗਲ ਵਿਆਹੀ ਹੋਈ ਥੀ। ਮੰਗਲਾਈ ਕੀ ਲੜਕੀ ਥੀ ਔਰ ਨਗਲ ਵਿਆਹੀ ਹੋਈ ਥੀ। ਉਹਨਾਂ ਨੇ ਦਹੇਜ ਕੇ ਲੀਏ ਨਾ ਉਨਕੋ ਬਹੁਤ ਜ਼ਿਆਦਾ ਪਰੇਸ਼ਾਨ ਕੀਆ ਹੋਇਆ ਥਾ। ਪਹਿਲੇ ਕਭੀ ਬਤਾਇਆ ਉਹਨੇ ਕਿ ਦਹੇਜ ਕੇ ਲੀਏ ਤੰਗ ਕਰਤੇ ਹੈਂ? ਹਾਂ, ਬਹੁਤ ਵਾਰ ਬਤਾਇਆ ਉਹਨਾਂ ਨੇ ਦਹੇਜ ਕੇ ਲੀਏ ਪਰੇਸ਼ਾਨ ਕਰਤੇ ਹੈ, ਮਗਰ ਹਮਨੇ ਉਨਕੋ ਸਮਝਾ ਬੁਝਾ ਕਰ ਘਰ ਭੇਜ ਦਿਆ। ਜੈਸੇ ਵੀ ਹੋ ਸਕਿਆ ਹਮਨੇ ਅੱਜ ਆਪਣੀ ਹੈਸੀਅਤ ਕੇ ਅਨੁਸਾਰ ਆਪਣੀ ਹੈਸੀਅਤ ਕੇ ਅਨੁਸਾਰ ਉਨਕੋ ਦਹੇਜ ਕਾ ਸਮਾਨ ਦਿਆ, ਮਗਰ ਉਨ ਲਾਲਚੀਓ ਨੇ ਉਨਕੋ ਗਲੇ ਸੇ ਫੁੱਟ ਕਰ ਜਾਨ ਸੇ ਮਾਰ ਦਿਆ। ਅਬ DSP ਕੇ ਪਾਸ ਆਏ ਥੇ ਕਿ ਵੇ ਹਮਾਰੇ ਕੋ ਇਨਸਾਫ ਦਿਆ ਜਾਏ। थाना मेशनगर के नगल गांव में पिछले कुछ दिनों में एक लड़की ने की डेथ हुई थी, तो उस सिलसिले में हमने थाना मेशनगर में एक FIR भी लॉज की हुई है, तो जिसमें 2 लोगों को अरेस्ट कर लिया है और एक दोषी अभी बकाया है। तो उसकी तस्दीक के सिलसिले में आए थे और लोगों ने अपने अपने विचार रखे हैं और जो भी इसमें उनको जानकारी थी वो मुझे दी है। अभी सास को अरेस्ट नहीं किया गया था, उसके बारे में तस्दीक की है और तस्दीक के लिए ही लोगों को दोनों पक्षों को बुलाया गया था। तो तस्दीक के बाद जो भी तथ्य सामने आए हैं और भी जो एविडेंस आई है उसके हिसाब से जो भी कार्रवाई बनती है वो शीघ्र ही कर दी जाएगी। For good health, please subscribe A1 Healthcare. For better music, subscribe A1 Music. For best informational programs, please subscribe A1 Punjabi TV. And for all updated news, please subscribe A1 News.